ਟਾਈਮ ਵਿੱਚ ਪਹੁੰਚ ਗਏ ਆ ਇੱਧਰ ਨੂੰ ਆਇਆ ਸਾਲਾ ਥੱਲੇ ਨੂੰ ਆਇਆ ਜਲਦੀ ਟੱਟੀ ਨਿਕਲ ਜਾਣੀ ਤੇਰੀ ਪਾਣੀ ਆ ਥੱਲੇ ਓ ਭਰਾ ਚੱਲ ਮਾਰ ਮਾਰ ਹੈਗਾ ਹੀ ਆ ਤਿੰਨ ਚਾਰ ਜਣੇ ਮਾਰ ਚੱਲ ਜੁਣਾ ਮੁੜ ਛਤਰ ਚੜੋ ਆ ਦੇਖੋ ਚੱਲੇ ਆ ਡੈਮ ਵਿੱਚ ਮੋਟਰ ਹੈ ਲੱਦਣੇ ਆ ਹੁਣ ਕਿਸ਼ਤੀ ਵਿੱਚ ਜਾਵਾਂਗੇ ਬਸ ਇਦਾਂ ਹੀ ਕਰਨਾ ਕੁਛ ਨਾ ਕੁਛ ਆ ਕੱਟ ਕੇ ਨੇ ਚੱਕਣੀ ਕੱਟ ਚੱਕੋ ਆ ਹਾਲੀ ਡੈਮ ਤੇ ਪਹੁੰਚ ਗਏ ਕਿਸ਼ਤੀ ਪਹੁੰਚ ਗਿਆ ਆ ਤੁਹਾਨੂੰ ਦੱਸਾਂਗੇ ਕੀ ਸਲਾਹ ਬਣਦੀ ਆ ਕੀ ਸਲਾਹ ਬਣਦੀ ਆ ਡੈਮ ਤੇ ਚੱਲੇ ਆ ਹੱਲੇ ਤਾਂ ਰਾਹ ਜਾਂਦਾ ਆ ਇੱਥੋਂ ਪਾਣੀ ਵਿੱਚ ਜਾਣਾ ਆ ਮੋਟਰ ਹਲਾਉਣੇ ਆ ਥੱਲੇ ਤੇ ਮੋਟਰ ਲੱਦਣੇ ਆ ਵਿੱਚ ਕਿਸ਼ਤੀ ਦੇ ਸੱਤ ਪੰਜ ਮੋਟਰਸਾਈਕਲ ਸੀਗੇ ਮੋਟਰ ਵਾਲੇ ਝੰਡੇ ਲੱਗੇ ਹੋ ਆ ਜੀ ਆਪਣੇ ਤੇ ਹੁਣ ਨਕਲਾਂ ਦਾ ਪ੍ਰੋਗਰਾਮ ਪੀਤੇ ਹੋਣੀ ਕਰਨਗੇ ਰੈਸਟ ਕਰਨ ਤੋਂ ਬਾਅਦ ਘੁੰਮਣ ਆ ਗਏ ਆ ਬੰਦੇ ਲੰਗਰ ਵੀ ਚੱਲ ਰਹੇ ਆ ਚੱਕ ਲੈ ਹਿਮਾਚਲ ਕਰੋੜੀ ਬੈਠਾ ਪੱਥਰ ਤੇ ਬੋਲਦੇ ਨੀ ਮਗਰ ਚਲੋ ਤੈਨੂੰ ਜੋਗੀ ਰੱਖਣਾ ਨਾ ਤੈਨੂੰ ਜੋਗੀ ਰੱਖਣਾ ਨਾ ਤੈਨੂੰ ਬਾਬਾ ਰੱਖਣਾ ਨਾ ਉਹ ਜਦੋਂ ਜੋਗੀ ਨੇ ਗਊਆਂ ਚਰਾਈਆਂ ਜਦੋਂ ਜੋਗੀ ਨੇ ਗਊਆਂ ਚਰਾਈਆਂ ਉਦਾਂ ਤਾਂ ਫੇਰ ਵੀ ਨਾ ਭੇਜੇ ਉਹਦਾ ਪਾਇਆ ਰਤਨ ਤੈਨੂੰ ਜੋਗੀ ਰੱਖਣਾ ਨਾ ਤੈਨੂੰ ਬਾਬਾ ਰੱਖਣਾ ਨਾ ਆ ਗਏ ਆ ਤੇ ਪੰਜ ਸਾਰੇ
ਰੈਡੀ ਹੋ ਗਏ ਆ ਜੋ ਜੀ ਡੀਜੇ ਰੋਹੀ ਬਿਨਾ ਪਕੜ ਕੇ ਬੈਠਣਾ ਅਰੇ ਮੇਰਾ ਫੇਸ ਨਹੀਂ ਆ ਰਿਹਾ ਫੇਸ ਨਹੀਂ ਆ ਰਿਹਾ ਅਰੇ ਨਿਰਿੰਦਰ ਪਕੜ ਕੇ ਬੈਠਣਾ ਹੈਲੋ ਹੈਲੋ ਗਾਈਸ ਇਹ ਹਮ ਹੈ ਉਹ ਲਾਡੀ ਪਤਾ ਕੀ ਕਹਿੰਦਾ ਜਿੰਗਾ ਲਾਲਾ ਜਿੰਗਾ ਲਾਲਾ ਕਸਤੀ ਵਿੱਚ ਰਜਾਣਾ ਗੁਰੂ ਮਹਾਰਾਜ ਨੂੰ ਤਿਆਗ ਲਿਆਂਦੇ ਆ ਲੱਕੜ ਵੀ ਮਹਾਰਾਜ ਤੋਂ ਹੀ ਆਉਂਦਾ ਸਾਧੂ ਸੰਤਾਂ ਦਾ ਉਹ ਮਹਾਰਾਜ ਸਾਨੂੰ ਫਿਰ ਇਹ ਬਖਸ਼ਿਸ਼ ਦਿੰਦਾ ਬਾਬਾ ਭੋਲੇਨਾਥ ਜੀ ਇਹਨੂੰ ਘਰ ਚ ਰੱਖ ਲਉਂਗੇ ਨਾ ਖਾਣੇ ਦੀ ਨਾ ਸੋਨੇ ਦੀ ਨਾ ਪੀਣੇ ਦੀ ਕਾਸੀ ਦੀ ਕਮੀ ਨਹੀਂ ਰਹਿਣੀ ਭਗਤੋ ਅੱਜ ਨਾਗ ਦੇਵਤਾ ਭੋਲੇਨਾਥ ਦੇ ਗਲ 'ਚ ਰਹਾ ਮੇਰੇ ਹੱਥ ਮਾ ਗਿਆ ਉਸ ਮਹਾਰਾਜ ਦੀ ਅੱਜ ਕਿਰਪਾ ਹੋਈ ਵੀ ਬੇੜੇ ਪਾਰ ਕਰਾ ਦੀ ਜਦ ਮੈਂ ਨੇਪਾਲੋਂ ਆਇਆ ਪੈਦਲ ਆਇਆ ਮੈਂ ਦਿੱਲੀ 'ਤੇ ਟ੍ਰੇਨ ਚੜ੍ਹ ਗਿਆ ਦਿੱਲੀ 'ਤੇ ਟ੍ਰੇਨ ਚੜ੍ਹ ਗਿਆ ਮੈਂ 12 ਵਜੇ ਅੰਬਾਲੇ ਉਤਰ ਗਿਆ ਰਾਤ ਨੂੰ ਮੈਂ ਸੌ ਗਿਆ ਚੋਰ ਮੇਰੀ ਚੋਰੀ ਕਰਨੇ ਆਇਆ ਇਹ ਬੈਗ ਚੋਰੀ ਕਰਨੇ ਆਇਆ ਲੇਕਿਨ ਇਹੋ ਜਿਹੀ ਕਿਰਪਾ ਹੋਈ ਨਾਗ ਦੇਵਤਾ ਕਿ ਇਸ ਨਾਲ ਉੱਡ ਕੇ ਡੰਗ ਮਾਰਿਆ ਉਸ ਕੋਲ ਮਰਨਾ ਨਹੀਂ ਚਾਹੀਦਾ
ਭਗਤ ਵੀ ਮਾਨੇ ਹੁੰਦਾ ਵੀ ਹਾਂ ਬਾਬਾ ਕੋਈ ਮਿਲਿਆ ਸੀ ਪੱਕੜ ਮਿਲਿਆ ਸੀ ਹੁਣ ਅਸੀਂ ਡੇਰੇ ਚ ਨਹੀਂ ਆ ਹੁਣ ਅਸੀਂ ਬਾਹਰ ਆ। ਅੱਛਾ ਜੀ ਬਾਹਰ ਸਾਨੂੰ ਭਗਤੋਂ ਮਾਫ ਕਰੀਓ। ਜੈ ਬਾਬੇ ਦੀ ਜੈ ਸਾਈਆਂ ਹਰ ਹਰ ਮਹਾਦੇਵ। ਸਤਿ ਸ਼੍ਰੀ ਅਕਾਲ ਜੀ, ਬੰਦੇ ਹੋ ਗਏ ਸਾਰੇ ਰੈਡੀ, ਅੱਜ ਮੱਥਾ ਟੇਕਣ ਚੱਲੇ ਆ ਜੀ। ਜੈ ਬਾਬੇ ਦੀ ਜੈ ਬਾਬੇ ਬੋਲ ਸੱਚੇ ਦਰਬਾਰ ਕੀ ਹੈ ਇੱਕ ਵਾਰੀ ਹੋਰ ਕਹੇ। ਪਹਿਲਾਂ ਸ਼ਾਹਤ ਲਾਈਆਂ ਮੱਥਾ ਟੇਕਣਾ ਆ ਜੀ, ਬਾਅਦ ਵਿੱਚ ਗੁਫਾ ਤੇ ਜਾਣਾ ਮੱਥਾ ਟੇਕਣ। ਬੰਦੇ ਸਾਰੇ ਬਹੁਤ ਸ਼ਰਧਾ ਨਾਲ ਜਾ ਰਹੇ ਆ ਯਾਰ ਕੀ ਮੁੰਡੇ ਬਹੁਤ ਹੀ ਸ਼ਰਧਾ ਨਾਲ ਜਾ ਰਹੇ ਆ ਜੀ ਮੱਥਾ ਟੇਕਣ, ਸ਼ਾਹ ਤਲਾਈ ਦਰਬਾਰ ਤੇ। ਹੁਣ ਮੱਥਾ ਟੇਕ ਕੇ ਇੱਥੋਂ ਗੁਫਾ ਵੱਲ ਨੂੰ ਜਾਣਾ ਆ ਜੀ। ਅੱਛਾ ਉਹ ਸਾਡਾ ਪਾਣੀ ਇੱਦਾਂ ਹੋ ਜਾਂਦਾ ਵਿਦਿਆ ਪੜ੍ਹਾਈ ਵਾਲਾ ਬੂਟਾ। ਹਾਂ ਉਹ ਹੈ ਦੱਸੋ ਜੀ ਕਿੱਦਾਂ ਲੱਗੀਆਂ ਟੋਪੀ ਦੇਣ ਘਾਂ ਦੱਸੋ। ਹਾਂਜੀ ਅਸੀਂ ਪਹੁੰਚ ਚੁੱਕੇ ਹਾਂ ਜੀ ਸ਼ਾਹ ਤਲਾਈ, ਔਰ ਮੱਥਾ ਟੇਕਣ ਜਾ ਰਹੇ ਆ ਸਾਰੇ। ਕੇ ਸਾਰੇ ਜਣੇ ਤੁਰ ਪਏ ਆ ਬਾਬੇ ਦੀ ਗੁਫਾ ਵੱਲ ਨੂੰ ਜਾ ਰਹੇ ਆ ਸਾਰੇ ਮੁੰਡੇ। ਦੇਖੋ ਜੀ ਮੁੰਡੇ ਸਾਰੇ ਜਾ ਰਹੇ ਆ ਜੀ ਹੁਣ ਗੁਫਾ ਤੇ, ਲੰਗਰ ਖਾ ਕੇ ਆਏ ਆ ਜੀ। ਪਿੱਛੇ ਪਿੱਛੇ ਲੰਗਰ ਚੱਲ ਰਿਹਾ ਜੀ ਬਹੁਤ ਹੀ ਵਧੀਆ। ਵਿੱਚ ਲੜਾਈ ਵੀ ਹੁੰਦੀ ਰਹਿੰਦੀ ਮਾੜੀ ਮਾੜੀ, ਜਿੱਦਾਂ ਆਹ ਜਿਹੜਾ ਸਾਡਾ ਬੰਦਾ ਜ਼ਿਆਦਾ ਥੋੜਾ ਲੜਾਕਾ ਰਿਹਾ ਆ। ਪੀਤੇ ਪੀਤੇ ਪਾਗਲ ਚ ਪੀਤੇ ਪਾਗਲ ਚ ਪਾਲਾ ਇਹ ਤਾਂ ਅਸੀਂ ਇੱਥੇ ਹੁਣ ਦੇਖ ਕੇ ਆਏ ਆ। ਉਹ ਬੀਜੇ ਪਾਉਣਾ ਗਲ ਚ ਇਹ ਬਾਬਾ ਦੂਜਾ ਆ ਯਾਰ ਇਹ ਚੀਲ ਦਾ ਹੈ।
ਸਾਹ ਨੀ ਆਉਣਾ ਮੁੜ ਕੇ, ਜਾਨ ਬਹੁਤ ਹੁੰਦੀ ਆ, ਜਿੰਨੀ ਮਰਜ਼ੀ ਬੰਦਾ ਹੋਵੇ ਤਕੜਾ ਫੜ ਲਿਆ ਜਿੰਨਾ ਮਰਜ਼ੀ ਲਾ ਦੇ ਕਰਾ ਲਈ ਫੋਟੋ ਬਣਦੀ ਆ ਯਾਰ ਫੋਟੋ, ਆ ਦੇਖੋ ਤਾਂ ਯਾਰ ਸਿੰਗੀ ਕੱਢਦੀ ਤੇ ਦੂਜੀ ਸਿਰੀ ਕੱਢਦੀ ਦੇਖਦੀ, ਆਪਣੇ ਮੂੰਹ ਕੋਲ ਨੂੰ ਕਰ, ਆਪਣੇ ਮੂੰਹ ਕੋਲ ਨੂੰ ਕਰ, ਮੂੰਹ ਕੋਲ ਅੱਜ ਬੋਲ ਪਾਉਣੇ ਉਹਦੇ ਪੱਪੀ ਗੱਲ ਆ ਫੜ ਵੀਜੇ, ਹੁਣ ਕੱਲ ਡਰ ਗਿਆ, ਹੁਣ ਡਰ ਗਿਆ ਯਾਰ, ਆ ਤਾਂ ਵੀਜੇ ਦੇ ਪਾਪੇ ਕੋਲ ਵੀ ਆ ਹਾਣੀ ਦਾ ਕਾਪੀ, ਇਹ ਸ਼ਗਨ ਖੋਲਦੀ ਵੀਜੇ ਦੇ ਪਾਪੇ ਕੋਲ ਆ ਇਹ, ਉਹ 20 ਰੁਪਏ ਸ਼ਗਨ ਦੇਣਾ ਪੈਂਦਾ, ਉਹ ਫੇਰ ਕਹਿੰਦੇ ਕਿਤਾਬ ਖੋਲਣੀ ਆ, ਸ਼ਗਨ ਤਾਂ ਚਾਹੇ 1000 ਰੁਪਏ ਦਾ ਹੋਵੇ ਦੇ ਦੇ, ਉਹ ਦੇ ਜਾਂਦੇ ਨਾ ਭਾਈ ਦੇ, ਲੈ ਭਾਈ ਅਸਲੀ ਆ, ਅਸਲੀ ਆ ਕੋਈ ਨੀ ਵਹਿਮ ਹੁੰਦਾ, 10 ਰੁਪਏ ਮੁੜ ਦੇ ਬਾਬਾ ਜਾਈਏ ਅਸੀਂ, ਫੇ ਛਿਕ ਹੋ ਗਈ ਨਾ, ਛਿਕ ਹੁੰਦੇ ਨੇ ਕੋਈ ਕੰਮ ਕਰਨੇ ਚਾਹੀਦਾ, ਆ ਕੇ ਆਓ ਮੱਥੇ ਤੇ, ਇਹ ਗੱਲ ਸਹੀ ਆ, ਨਹੀਂ ਗੱਲ ਸਹੀ ਹੈ, ਹਾਂਜੀ ਹਾਂਜੀ ਸਹੀ, ਇਹ ਸਿਰਫ ਆਪਾਂ ਨੂੰ ਕਹਦੇ ਆ ਵਾ ਕਹਦੇ ਸੀ ਵੀ ਲਾਡੀ ਲੱਗਾ ਜੀ ਭਾਜੀ, ਬਿਨਾ ਸ਼ਕਤ ਤੋਂ ਜੰਤਰੀ ਖੋਲ ਕੇ ਬੰਦਾ ਅਗਲਾ ਗੁਰਪ੍ਰੀਤ, ਗੁਰਪ੍ਰੀਤ ਸ਼ੁਰੂ ਤੇ ਇਹੀ ਨਾਮ ਹੈ, ਹਾਂਜੀ ਗੁਰਪ੍ਰੀਤ ਸਿੰਘ ਆ, ਆਉ ਤਾਂ ਮੈਂ ਸਮਝ ਗਿਆ, ਮੁੰਡਾ ਚੁੜਿਆ ਦਾ ਯਾਰ, ਅਜਾ ਮੈਂ ਜੇ ਕਿਤੇ ਦੱਸੇ ਕੋ ਹੱਸੀ ਜੂ ਦੀ ਤੋਆ, ਮੁੰਡਾ ਚੁੜਿਆ ਦਾ ਯਾਰ, ਤਪਾ ਜਾ ਯਾਰ ਬਣਾ ਹਾਂਜੀ, ਸਾਰੇ ਜਾ ਰਹੇ ਹਾਂ ਜੀ, ਪੈਦਲ ਯਾਤਰਾ ਹੋ ਰਹੀ ਚੱਲ ਰਹੀ ਆ ਜੀ, ਗੁਫਾ 'ਤੇ ਜਾਣ 'ਤੇ ਜਾਂਦੇ ਪਏ ਸਾਰੇ, ਹਾਂਜੀ ਸ਼ਰਧਾਲੂ ਜੀ ਥੱਕ ਗਏ ਆ ਤੇ ਵਿਸ਼ਰਾਮ ਕਰ ਰਹੇ ਆ ਛਾਂ ਦੇ ਵਿੱਚ, ਹੈਪੀ ਟੱਟੀ ਨਿਕਲ ਗਈ, ਹੈਪੀ ਦੀ ਵਿੱਚੇ ਨਿਕਲਣ ਦੇ ਥੋੜੇ ਥੋੜੇ ਚਾਂਸ ਸੀਗੇ ਪਰ ਬਚਾਅ ਹੋ ਗਿਆ, ਨਿਕਲ ਯੂ ਆ ਸਾਲਾ, ਤੂੰ ਦੇਖੀ ਨਹੀਂ ਟਾਈਮ ਸਾਰ ਟੌਲ ਟ ਮਿਲ ਗਿਆ ਬੈਠ ਨੂੰ, ਤੇ ਹੁਣ ਸਾਰੇ ਜਣੇ ਵਿਸ਼ਰਾਮ ਕਰ ਰਹੇ ਆ, ਤੋਂ ਬਸ ਥੋੜੀ ਹੋਰ ਉੱਪਰ ਆ ਜੀ, ਬਾਬਾ ਜੀ ਦਾ ਮੰਦਰ ਆ ਜੀ ਉੱਪਰ ਨੂੰ, ਹੋਰ ਬਾਕੀ ਤੁਹਾਨੂੰ ਇੱਥੋਂ ਦੇ ਨਜ਼ਾਰੇ ਦਿਖਾਉਣੇ ਆ ਜੀ ਅਗਲੀ ਵੀਡੀਓ 'ਚ, ਆਉਂਦੇ ਹੋਏ ਘੋੜੇ ਤੋਂ ਗਾਣੇ ਗਲਵਾਵਾਂਗੇ ਹੈ ਨਾ, ਇੱਥੇ ਦੇ ਨਜ਼ਾਰੇ ਬਹੁਤ ਵਧੀਆ ਹੈ ਜੀ, ਲੈਂਟਰ ਵੀ ਪਾ ਦੇ ਹੁਣ, ਲੈਂਟਰ ਪੈ ਗਿਆ ਉੱਪਰ, ਇੱਕ ਮੰਜਲੀ ਹੋਰ ਬਣਾਉਣਾ ਛੋਟੇ ਰਹਿ ਗਿਆ ਵੱਡੇ, ਸੀਮੈਂਟ ਮੁੱਕ ਗਿਆ, ਇੱਧਰ ਵੀ ਆਏ ਵੀ ਜੇ ਵੀ ਲੱਗੇ ਹੋਏ ਘਰ ਬਣਾਉਣ, ਓ ਵੀਜੇ ਆ ਕਿੱਦਾਂ ਹੋਏ, ਉਹ ਨਕਸ਼ੇ ਮੁਤਾਬਕ ਬਣਾਉਣਾ ਘਰ, ਮੈਂ ਤੈਨੂੰ ਦੱਸਦਾ ਪਿੱਛੇ ਮੂੰਹ ਵਾਲੇ ਕਰਾ, ਹਾਂ ਇੱਦਾਂ, ਉਹ ਦੇਖੋ ਬੱਬਾ ਹੁਣ ਬਣੀ ਗੱਲ, ਉਹ ਦੇਖ ਉਹ ਡੋਲਾ ਵੀ ਇੱਦਾਂ ਕਰ, ਉਹ ਇੱਦਾਂ ਡੋਲਾ ਕਰ ਇੱਦਾਂ, ਹਾਂ ਇੱਦਾਂ, ਉਹ ਇੱਦਾਂ ਨਹੀਂ ਸਿੱਧਾ ਸਿੱਧਾ ਇੱਦਾਂ ਰੱਖ ਸਹੀ ਯਾਰ, ਬਸ ਕਰੋ ਰਹਿ ਲਈ ਜਾਂਦੇ, ਮੈਨੂੰ ਬਾਨਾ ਫੜਾਓ ਮੇਰਾ ਕਿੱਥੇ, ਬਹੁ
ਜੀ ਸ਼੍ਰੀ ਕੋਲ ਪਹੁੰਚ ਗਏ ਆ, ਬੱਚੇ ਵਾਲੇ ਸ਼੍ਰੀ ਕੋਲ ਸ਼੍ਰੀ ਆਨੰਦੀ ਦਾ ਭਰਾ ਰਸਤੇ ਜਾ ਰਹੇ ਸੀ ਬਾਬੇ ਦਾ ਕੋਈ ਵੀ ਲਾਦੇ ਜਿਹੜਾ ਆਉਂਦਾ ਵਧੀਆ ਆਇਆ ਉਹੀ ਗਿਆ 295 ਹਾਂਜੀ 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 ਆਨੰਦ ਆਊਗਾ ਯਾਰ ਕੋਈ ਸੌਂਗ ਦਾ
ਰਾਜਾ ਖਾਨ ਸਾਹਿਬ ਦਾ ਭਾਜੀ ਰੇਲ ਗੱਡੀ ਮੁੜੇ ਚੱਲਦੀ ਆ ਤੇ